ਸੰਗਰੂਰ ਦੇ ਦਿੜਬਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾ ਵੱਲੋਂ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਪਾਰਟੀ ਵਰਕਰਾਂ ਵਿੱਚ ਕਾਫੀ ਜੋਸ਼ ਹੈ ਅਤੇ ਉਹ ਪੰਜਾਬ ਦੀ ਸੱਤਾ ਅਤੇ ਕੇਂਦਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਾਬਜ਼ ਵੇਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲੋਕ ਸਭਾ ਵੱਡੇ ਮਾਰਜਨ ਨਾਲ ਜਿੱਤਣਗੇ ਅਤੇ ਸੰਗਰੂਰ ਵਿੱਚ ਉਹਨਾਂ ਨੂੰ ਭਰਮਾ ਹੁੰਗਾਰਾ ਮਿਲ ਰਿਹਾ। ਜਿਨ੍ਹਾਂ ਹਲਕਿਆਂ ਵਿੱਚ ਉਹ ਜਾ ਰਹੇ ਹਨ, ਨੌਜਵਾਨ ਉਹਨਾਂ ਨਾਲ ਵੱਡੀ ਗਿਣਤੀ ਵਿੱਚ ਜੁੜ ਰਹੇ ਹਨ ਕਿਉਂਕਿ ਆਮ ਆਦਮੀ ਪਾਰਟੀ ਦੇ ਲਾਰਿਆਂ ਤੋਂ ਨੌਜਵਾਨ ਅੱਕ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਵਾਰ ਸੰਗਰੂਰ ਸੀਟ ਸ਼੍ਰੋਮਣੀ ਅਕਾਲੀ ਦਲ ਵੱਡੇ ਮਾਰਜਨ ਨਾਲ ਜਿੱਤੇਗਾ। ਦੇਖੋ, ਦੁਬਾਰਾ ਪੰਜਾਬ ਸੋਚਣ ਲੱਗਿਆ, ਪੰਜਾਬ ਦਾ ਹਰ ਵਰਗ ਇਸ ਗੱਲ ਨੂੰ ਮਹਿਸੂਸ ਕਰਨ ਲੱਗਿਆ ਕਿ ਜੇ ਪੰਜਾਬ ਬਚਾਉਣਾ, ਜੇ ਪੰਥ ਦੀਆਂ ਰਵਾਇਤਾਂ, ਪੰਥ ਦੇ ਮਸਲੇ ਹੱਲ ਕਰਵਾਉਣੇ ਨੇ ਤਾਂ ਇੱਕੋ ਇੱਕ ਪਾਰਟੀ, ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ, ਜਿਹੜੀ ਪੰਜਾਬ ਔਰ ਪੰਥ ਨੂੰ ਬਚਾ ਸਕਦੀ ਹੈ। ਉਸ ਭਾਵਨਾ ਦੇ ਤਹਿਤ ਪੰਜਾਬ ਦੇ ਲੋਕ ਦੁਬਾਰਾ ਉੱਠੇ ਨੇ। ਜੇ ਕਿਸਾਨੀ ਦੇ ਮਸਲੇ ਕੋਈ ਹੱਲ ਕਰ ਸਕਦਾ, ਜੇ ਉਹਨਾਂ ਦੀ ਕੋਈ ਲੜਾਈ ਸਹੀ ਮਹੀਨਿਆਂ 'ਚ ਲੜ ਸਕਦਾ ਤਾਂ ਉਹ ਅਕਾਲੀ ਦਲ ਲੜ ਸਕਦਾ। ਸੋ ਅੱਜ ਪੰਜਾਬ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਸ਼੍ਰੋਮਣੀ ਅਕਾਲੀ ਦਲ ਦਾ ਰਾਜ ਭਾਗ ਔਰ ਪਾਰਲੀਮੈਂਟ ਜਿਹੜੇ ਮੈਂਬਰ ਨੇ ਉਹਨਾਂ ਦੇ ਦੇਖਣਾ ਚਾਹੁੰਦਾ। ਸਾਨੂੰ ਇਹ ਪ੍ਰਭਾਵ ਹੈ ਜਿਹੜਾ ਪਿੰਡਾਂ ਦੀਆਂ ਮੀਟਿੰਗਾਂ 'ਚ ਵੀ ਔਰ ਅੱਜ ਦਿੜਬਾ ਹਲਕਾ ਦੇ ਵਰਕਰ ਮੀਟਿੰਗ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਦੇਖੋ, ਸਵਾਲ ਚੁੱਕਣੇ, ਸਵਾਲ ਤਾਂ ਇਹਨਾਂ ਦੇ ਸਾਰਿਆਂ ਦੇ, ਜਿੰਨੇ ਮਰਜ਼ੀ ਚੁੱਕੀ ਜਾਓ। ਇਹਨਾਂ ਦੀ ਕਾਰਗੁਜ਼ਾਰੀ ਕੀ ਹੈ? ਨਾ ਮੀਤੇਹਰ ਸਾਹਿਬ ਦੀ ਸਰਕਾਰ ਦੀ ਕੋਈ ਕਾਰਗੁਜ਼ਾਰੀ ਹੈ, ਨਾ ਖਹਿਰਾ ਸਾਹਿਬ ਦੀ ਕੋਈ ਸਾਡੇ ਹਲਕੇ ਨੂੰ, ਸਾਡੇ ਇਲਾਕੇ ਨੂੰ ਕੋਈ ਦੇਣ ਹੈ। ਸੋ ਇਸ ਦੋਨੋਂ ਪਾਰਟੀਆਂ ਡਰਾਮਾ ਰਚ ਰਹੀਆਂ ਨੇ। ਇਹਨਾਂ ਦੀ ਇੱਕ ਗੇਮ ਹੈ, ਚੰਡੀਗੜ੍ਹ ਜਾ ਕੇ ਝਾੜੂ ਵਾਲੇ ਕਹਿੰਦੇ ਨੇ ਵੋਟਾਂ ਕਾਂਗਰਸ ਨੂੰ ਪਾਓ, ਹਰਿਆਣੇ 'ਚ ਕਹਿੰਦੇ ਨੇ ਜਾ ਕੇ ਕਾਂਗਰਸ ਨੂੰ ਪਾਓ, ਦਿੱਲੀ 'ਚ ਕਾਂਗਰਸ ਕਹਿੰਦੀ ਹੈ ਝਾੜੂ ਵਾਲਿਆਂ ਨੂੰ ਪਾਓ, ਗੁਜਰਾਤ 'ਚ ਕਹਿੰਦੇ ਨੇ ਇੱਕ ਦੂਜੇ ਨੂੰ ਪਾਓ। ਇੱਥੇ ਇਹ ਸੀਟਾਂ ਦਾ ਲੈਣ ਦੇਣ ਨਹੀਂ ਕਰ ਸਕੇ। ਬਾਕੀ ਇਹਨਾਂ ਦੀ ਅੰਡਰਸਟੈਂਡਿੰਗ ਇੱਕੋ ਹੀ ਹੈ, ਕੈਂਡੀਡੇਟ ਇੱਕ ਦੂਜੇ ਨੂੰ ਸੋਚ ਸਮਝ ਕੇ ਦਿੱਤੇ ਗਏ ਨੇ ਔਰ ਇਹ ਸਾਰਾ ਪਲੈਨਡ ਪ੍ਰੋਗਰਾਮ ਹੈ। ਐਵੇਂ ਜਿਹੜਾ ਇੱਕ ਦੂਜੇ ਦੇ ਖਿਲਾਫ਼ ਬੋਲਦੇ ਵੀ ਨੇ ਉਹ ਵੀ ਡਰਾਮਾ ਹੀ ਹੈ, ਇੱਕੋ ਹੀ ਨੇ ਦੋਨੋਂ ਪਾਰਟੀਆਂ। ਸਾਨੂੰ ਕੋਈ ਘਾਟ ਨਜ਼ਰ ਹੀ ਨਹੀਂ ਆਉਂਦੀ ਸੰਗਰੂਰ 'ਚ, ਕਾਹਦੀ ਘਾਟ ਨਜ਼ਰ ਆਉਂਦੀ ਹੈ ਜੀ? ਸਾਰੇ ਵਰਕਰ ਇੱਕਜੁੱਟ ਨੇ ਔਰ ਬਹੁਤ ਵੱਡੀ ਸਾਨੂੰ ਉਮੀਦ ਹੈ ਕਿ ਅਸੀਂ ਲੀਡ ਨਾਲ ਇਹ ਸੀਟ ਜਿੱਤਾਂਗੇ। ਅਸੀਂ ਵਰਕਰ ਮਿਲਣੀ ਰੱਖੀ ਸੀ ਅਤੇ ਕੰਮ ਦਾ ਵੀ ਸਮਾਂ ਜਿਹੜਾ ਮੈਂ ਕਹਿੰਦਾ, ਨਾ ਮਜ਼ਦੂਰ ਕੋਲੇ ਟਾਈਮ ਹੈ, ਨਾ ਕਿਸਾਨ ਕੋਲੇ ਹੈ, ਕਿਸੇ ਵੀ ਇਨਸਾਨ ਕੋਲੇ ਟਾਈਮ ਨਹੀਂ ਹੈਗਾ। ਪਰ ਫਿਰ ਵੀ ਮੈਂ ਧੰਨਵਾਦ ਕਰਦਾ ਹਲਕੇ ਦਿੜਬੇ ਦੀ ਸੰਗਤ ਦਾ, ਜਿਨ੍ਹਾਂ ਨੇ ਕਿ ਮੇਰੀ ਅੱਧੇ ਬੋਲ ਦੇ ਨਾਲ ਹੀ ਦੇਖੋ ਕਿੰਨੀ ਭਾਰੀ ਮਾਤਰਾ ਵਿੱਚ ਇਕੱਠ ਕੀਤਾ। ਸੋ ਮੈਂ ਕਹਿ ਸਕਦਾ ਕਿ ਅੱਜ ਜਿਹੜੀ ਸਾਡੀ ਵਰਕਰ ਮਿਲਣੀ ਰੱਖੀ ਗਈ ਹੈ ਉਹ ਰੈਲੀ ਦਾ ਰੂਪ ਧਾਰਨ ਕਰ ਗਈ। ਦੇਖੋ, ਅੱਧ ਤੋਂ ਵੱਧ ਨੌਜਵਾਨ ਨੇ ਸਾਡੇ, ਕਿਉਂਕਿ ਉਹਨਾਂ ਨੂੰ ਵਰਤ ਚੁੱਕਿਆ ਹੋ, ਇਹਨਾਂ ਨੂੰ ਆਮ ਆਦਮੀ ਵਾਲਿਆਂ ਨੂੰ, ਮੈਂ ਆਮ ਆਦਮੀ ਦਾ ਵੈਸੇ ਕਹਿੰਦਾ ਨਹੀਂ ਹੁੰਦਾ, ਇਹ ਖਾਸ ਆਦਮੀ ਵਾਲਿਆਂ ਨੂੰ, ਕਿਉਂਕਿ ਇਹ ਦਿੱਲੀ ਦੀ ਪਾਰਟੀ ਹੈ, ਇਹ ਪੰਜਾਬ ਦੀ ਪਾਰਟੀ ਨਹੀਂ। ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਪੰਜਾਬ ਦੀ ਮਾਂ ਪਾਰਟੀ ਹੈ, ਖੇਤਰੀ ਪਾਰਟੀ ਹੈ, ਅਤੇ ਤੁਸੀਂ ਦੇਖਿਆ ਹੋਊਗਾ ਜਿੱਥੋਂ ਦੀ ਖੇਤਰੀ ਪਾਰਟੀ ਖੁਸ਼ਹਾਲ ਹੈ ਉਹ ਸੂਬਾ ਕਾਮਯਾਬ ਹੈ, ਨਹੀਂ ਸਾਕੀ ਸਾਰਿਆਂ ਦਾ ਬੁਰਾ ਹਾਲ ਹੈ। ਤੁਸੀਂ ਦੇਖਿਆ ਕਿ ਲੋਕ ਹੈ ਜਿਹੜੇ ਨੌਜਵਾਨ ਹੈ ਮੁੰਡੇ, ਉਹ ਵਾਪਸ ਸ਼੍ਰੋਮਣੀ ਅਕਾਲੀ ਦਲ ਵੱਲ ਨੂੰ ਵਾਪਸ ਆ ਰਹੇ ਹੋ। ਦੇਖੋ, ਆਹ ਹੁਣ ਜਿੰਨਾ ਵੀ ਟਾਈਮ ਹੈਗਾ, ਹੁਣ ਇਸੇ ਤਰ੍ਹਾਂ ਹਲਕਿਆਂ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਇਦੂ ਵੀ ਭਰਵੀਆਂ ਮੀਟਿੰਗਾਂ ਹੋਣਗੀਆਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਪਣੇ ਇੱਥੇ ਮੀਟਿੰਗ ਹੋਊਗੀ ਹੋਰ, ਅਤੇ ਉਹ ਵੀ ਇਸ ਤੋਂ ਵੱਡਾ ਰੂਪ ਧਾਰਨ ਕਰੂਗੀ। ਸੋ ਪਾਰਟੀ ਹੈ ਜੀ ਇਹ, ਮੇਰੇ ਨਾਲ ਨਾਰਾਜ਼ਗੀ ਹੋ ਸਕਦੀ ਹੈ ਪਰ ਪਾਰਟੀ ਨਾਲ ਕਿਸੇ ਦੀ ਨਾਰਾਜ਼ਗੀ ਨਹੀਂ ਹੈਗੀ, ਪਾਰਟੀ ਨਾਲ ਕਿਸੇ ਦੀ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ। ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਹੈ, ਸੋ ਆਓ ਸਾਰੇ ਰਲ ਮਿਲ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਨੂੰ ਜਿਤਾਈਏ ਅਤੇ ਪਾਰਲੀਮੈਂਟ ਦੇ ਵਿੱਚ ਭੇਜੀਏ ਤਾਂ ਜੋ ਸਾਡੇ ਪੰਜਾਬ ਦੀ
ਆਵਾਜ਼ ਬੁਲੰਦ ਕਰ ਸਕਦਾ। ਤੁਹਾਨੂੰ ਇਹੀ ਅਪੀਲ ਹੈ, ਹੱਥ ਜੋੜ ਕੇ ਅਪੀਲ ਹੈ ਮੇਰੀ ਕਿ ਤੁਸੀਂ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ, ਕਿਉਂਕਿ ਇਹ ਖਾਸ ਆਦਮੀ ਵਾਲੇ ਤੁਸੀਂ ਵਰਤ ਕੇ ਦੇਖ ਲਏ, ਇਹ ਇਕੱਲੇ ਦਿੱਲੀ ਜੋਗੇ ਰਹਿ ਗਏ, ਇਹ ਆਪਣੇ ਪੰਜਾਬ ਦਾ ਕੁਛ ਨਹੀਂ ਕਰ ਸਕਦੇ। ਸੋ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਅਤੇ ਇਕਬਾਲ ਸਿੰਘ ਝੁੰਦਾ ਸਾਹਿਬ ਨੂੰ ਜਿਤਾ ਕੇ ਆਪਾਂ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਬਣਾ ਕੇ ਭੇਜੀਏ। ਦੇਖੋ, ਅੱਜ ਸਾਡੇ ਹਲਕਾ ਦਿੜਬੇ ਦੀ ਵਰਕਰ ਮਿਲਣੀ ਮੀਟਿੰਗ ਰੱਖੀ ਗਈ ਸੀਗੀ, ਜੋ ਕਿ ਰੈਲੀ ਦਾ ਰੂਪ ਧਾਰਨ ਕਰ ਚੁੱਕੀ ਹੈ। ਤੁਸੀਂ ਨੇ ਦੇਖਿਆ ਹੀ ਹੈ, ਭਾਰੀ ਇਕੱਠ ਹੋਇਆ ਪਿੰਡਾਂ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਦੀ ਲੋਕ ਗੱਲ ਸ਼ੁਰੂ ਕਰ ਚੁੱਕੇ ਨੇ ਅਤੇ ਸਰਦਾਰ ਇਕਬਾਲ ਸਿੰਘ ਝੁੰਦਾ ਦੇ ਹੱਕ ਦੇ ਵਿੱਚ ਦਿੜਬਾ ਹਲਕਾ ਬਹੁਤ ਵੱਡੀ ਲੀਡ ਕੱਢੇਗਾ ਜੀ। ਪਹਿਲੀ ਮੀਟਿੰਗ ਸੀ ਅੱਜ, ਕਿਸ ਤਰ੍ਹਾਂ ਦੇਖਦੇ ਹੋ ਉਤਸ਼ਾਹ ਕਿਵੇਂ ਨੌਜਵਾਨਾਂ ਦੇ ਰਿਹਾ? ਹਾਂਜੀ, ਅੱਜ ਸਾਡੀ ਹਲਕੇ ਦੀ ਪਹਿਲੀ ਮੀਟਿੰਗ ਸੀਗੀ, ਵੱਡੀ ਤਾਦਾਦ ਦੇ ਵਿੱਚ ਨੌਜਵਾਨ ਵੀ ਆਏ ਨੇ ਅਤੇ ਬਜ਼ੁਰਗ ਵੀ ਆਏ ਨੇ। ਸਾਰੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਨੂੰ ਪਿੰਡਾਂ ਦੇ ਵਿੱਚੋਂ ਲੋਕ ਤਿਆਰ ਨੇ। ਇਸ ਮੀਟਿੰਗ ਨੂੰ ਦੇਖ ਕੇ, ਇਸ ਮੀਟਿੰਗ ਤੋਂ ਬਾਅਦ ਇਹ ਗੱਲ ਸਿੱਧ ਹੋ ਗਈ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ। ਪਹਿਲਾਂ ਦੋ ਦਿਨ ਦੁਬਾਰਾ ਯੂਥ ਨੂੰ ਕੀ ਹੋ ਗਿਆ ਸੀ, ਉਹਨਾਂ ਨੇ ਝੂਠ ਬਹੁਤ ਜ਼ਿਆਦਾ ਬੋਲਿਆ ਸੀਗਾ। ਉਹਨਾਂ ਨੇ ਇੰਨਾ ਜ਼ਿਆਦਾ ਝੂਠ ਬੋਲਤਾ ਪੰਜਾਬੀਆਂ ਨੂੰ ਕਿ ਪੰਜਾਬੀ ਲੋਕ ਜਜ਼ਬਾਤੀ ਵੀ ਹੁੰਦੇ ਨੇ ਅਤੇ ਅਣਖੀ ਵੀ ਹੁੰਦੇ ਨੇ। ਪੰਜਾਬੀ ਲੋਕ ਜਜ਼ਬਾਤ ਦੇ ਵਿੱਚ ਆ ਗਏ ਵੀ ਉਹ ਪਤਾ ਨਹੀਂ ਕੋਈ ਨਵਾਂ ਹੀ ਕੋਈ ਕਿਹੜੀ ਕ੍ਰਾਂਤੀ ਲੈ ਕੇ ਆਉਣਗੇ ਜਾਂ ਕੀ ਸਵਾਰਨਗੇ, ਪਰ ਉਹ ਝੂਠ ਨਿਕਲਿਆ। ਹੁਣ ਆ ਗਈ ਪੰਜਾਬੀਆਂ ਦੀ ਅਣਖ 'ਤੇ ਗੱਲ। ਹੁਣ ਪੰਜਾਬੀ ਆਪਦੀ ਅਣਖ ਦੇ ਨਾਲ ਜਿਵੇਂ ਸਾਡੇ ਖੂਨ ਦੇ ਵਿੱਚ ਹੈ, ਉਸੇ ਤਰ੍ਹਾਂ ਹੀ ਝਾੜੂ ਵਾਲਿਆਂ ਨੂੰ ਜਵਾਬ ਦੇਣਗੇ ਜਿਵੇਂ ਉਹ ਗੱਲਾਂ ਕਰਦੇ ਹੁੰਦੇ ਸੀ। ਹੁਣ ਉਹਨਾਂ ਨੂੰ ਉਹ ਗੱਲਾਂ ਦੇਣੀਆਂ ਪੈ ਰਹੀਆਂ ਨੇ। ਇਹਦਾ ਵੱਡਾ ਨੁਕਸਾਨ ਉਹਨਾਂ ਦੇ ਝੂਠ ਦਾ ਹੁਣ ਝਾੜੂ ਵਾਲਿਆਂ ਨੂੰ ਇਹ ਹੋਣਾ ਜੀ।